ਪੰਜਾਬੀ ਸਿੰਗਰਸ ਨੂੰ ਧਮਕੀਆਂ ਮਿਲਣੀਆਂ ਦਿਨੋਂ ਦਿਨ ਹੀ ਆਮ ਗੱਲ ਹੁੰਦੀ ਜਾ ਰਹੀ ਹੈ। ਪਰਮੇਸ਼ ਵਰਮਾ ਤੋਂ ਬਾਅਦ ਕਈ ਸਿੰਗਰਸ ਦੇ ਨਾਮ ਐਸੇ ਸਾਹਮਣੇ ਆਏ ਜਿਨ੍ਹਾਂ ਨੂੰ ਧਮਕੀ ਮਿਲੀ, ਪਰ ਹੁਣ ਦਿਲਪ੍ਰੀਤ ਢਾਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਇੱਕ ਗਾਇਕ ਨੂੰ ਧਮਕੀ ਮਿਲੀ। ਸੁਪਰਹਿੱਟ ਪੰਜਾਬੀ ਸਿੰਗਰ ਅਤੇ ਮਿਊਜ਼ਿਕ ਡਾਇਰੈਕਟਰ ਪਵ ਧਾਰੀਆ ਨੂੰ ਵੀ ਹਾਲ ਹੀ ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ। ਉਹਨਾਂ ਇਸ ਧਮਕੀ ਬਾਰੇ ਆਪਣੇ ਫੇਸਬੁੱਕ ਉੱਤੇ ਪੋਸਟ ਪਾ ਕੇ ਦੱਸਿਆ। ਉਹਨਾਂ ਲਿਖਿਆ, ਆਈ ਹੈਵ ਬੀਨ ਟੋਲਡ ਰਿਮੈਂਬਰ ਵਟ ਹੈਪਨ ਟੂ ਚਮਕੀਲਾ ਬਾਈ ਸਮਵਨ ਹੂ ਬਿਲੀਵਸ ਹੀ ਇਜ਼ ਇਨ ਦਾ ਆਰਮੀ ਆਫ ਦਾ ਸਿੱਖ ਪੁਲਿਸ। ਚਮਕੀਲਾ ਵਾਜ ਅ ਸਿੰਗਰ ਸ਼ੋਟ ਟੂ ਡੈਥ। ਪਵਧਾਰੀਆ ਨੇ ਲਿਖਿਆ, ਮੈਨੂੰ ਅੱਜ ਕਿਸੇ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਦੀਜ਼ ਪੀਪਲ ਬਿਲੀਵ ਇਟਸ ਸਿੰਗਰ ਕਰਪਟਿੰਗ ਦਾ ਪੰਜਾਬ ਯੂਥ ਐਂਡ ਨੋਟ ਦਾ ਪੋਲੀਟੀਸ਼ੀਅਨਸ। A possible death threat should also go to Gurdas Mann for singing apna Punjab hove ghar di sharab hove I guess ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬੀ ਗਾਇਕ ਹੀ ਪੰਜਾਬ ਦੀ ਯੂਥ ਨੂੰ ਖਰਾਬ ਕਰ ਰਹੇ ਹਨ, ਨਾ ਕਿ ਪੋਲੀਟੀਸ਼ੀਅਨਸ। ਉਹਨਾਂ ਕਿਹਾ, ਮੇਰਾ ਖਿਆਲ ਇਹ ਧਮਕੀ ਗੁਰਦਾਸ ਮਾਨ ਨੂੰ ਵੀ ਜਾਣੀ ਚਾਹੀਦੀ ਹੈ ਜਿੰਨਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਗੀਤ ਗਾਇਆ। ਸਿੰਸ ਯੋਰ ਫੌਜ ਇਜ਼ ਸੋ ਪਾਵਰਫੁਲ ਆਈ ਐਕਸਪੈਕਟ ਯੂ ਟੂ ਫਿਕਸ ਦਾ ਪ੍ਰੋਬਲਮ ਆਫ ਡਰੱਗਸ ਐਂਡ ਅਨਐਜੂਕੇਸ਼ਨ ਓਪਨਲੀ ਥਰੈਟਨ ਐਨੀ ਪੋਲੀਟੀਕਲ ਲੀਡਰ ਵਿਦ ਅ ਸੇਮ ਥਰੈਟ ਯੂ ਹੈਵ ਗਿਵਨ ਮੀ। ਉਹਨਾਂ ਕਿਹਾ ਕਿ ਜੇ ਤੁਹਾਡੀ ਫੌਜ ਇੰਨੀ ਹੀ ਪਾਵਰਫੁਲ ਹੈ ਤਾਂ ਮੈਂ ਉਮੀਦ ਕਰਦਾ ਕਿ ਇਹ ਪੰਜਾਬ ਵਿੱਚੋਂ ਨਸ਼ਾ ਅਤੇ ਅਨਪੜ੍ਹਤਾ ਖਤਮ ਕਰਨ। ਉਹਨਾਂ ਇਹ ਵੀ ਕਿਹਾ, ਜੇ ਹਿੰਮਤ ਹੈ ਤਾਂ ਇਹੋ ਜਿਹੀ ਹੀ ਧਮਕੀ ਕਿਸੇ ਪੋਲੀਟੀਸ਼ੀਅਨ ਨੂੰ ਵੀ ਖੁੱਲ੍ਹੇ ਵਿੱਚ ਦਿਓ। ਪ੍ਰੈਟੀ ਈਜ਼ੀ ਟੂ ਸ਼ੂਟ ਮੀ ਐਂਡ ਕਿਲ ਮੀ ਟੂ ਟੇਕ ਅਵੇ ਮਾਈ ਫਰੀਡਮ ਬਟ ਦੈਨ ਲੈਟ ਸੀ ਇਫ ਕਿਲਿੰਗ ਸਿੰਗਰਸ ਗੈਟਸ ਦਾ ਡਰੱਗ ਆਊਟ ਆਫ ਦਾ ਪੰਜਾਬ। ਬਹੁਤ ਹੀ ਸੌਖਾ ਮੈਨੂੰ ਮਾਰਨਾ ਅਤੇ ਮੇਰੀ ਆਜ਼ਾਦੀ ਖੋਣਾ, ਪਰ ਫਿਰ ਦੇਖਦੇ ਹਾਂ ਕਿ ਇਸ ਤਰ੍ਹਾਂ ਗਾਇਕਾਂ ਨੂੰ ਮਾਰਨ ਕਰਕੇ ਜੇ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਵੇ। ਉਹਨਾਂ ਕਿਹਾ, ਥੈਂਕ ਯੂ ਫੋਰ ਦਾ ਡੈਥ ਥਰੈਟ ਟੂਡੇ ਆਈ ਐਮ ਅਸ਼ੇਮਡ ਆਫ ਵਟ ਅਵਰ ਪੀਪਲ ਹੈਵ ਬਿਕਮ ਅਸ਼ੇਮਡ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ.com।